ਚਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਕੁਲਦੀਪ ਚੱਠਾ ਤੇ ਬਾਪੂ ਮੇਵਾ ਸਿੰਘ ਜੀ ਪਾਲੀਆ ਥੋੜੀ ਨਾਲ ਗੱਲ ਕਰਦੇ ਆ ਅੱਜ ਉਹਨਾਂ ਸੈਲਰਾਂ ਦੀ ਜਿਹੜੇ ਆਮ ਸੈਲਰ ਨੀ ਜਿਹੜੇ ਸਾਡੇ ਧਰਮਾਂ ਚ ਲੱਗੇ ਹੋਏ ਨੇ ਤੇ ਜਿਵੇਂ ਬਨੌਟੀ ਸਾਧ ਬੂਬ ਨੇ ਬਾਬੇ ਧਰਮ ਦੇ ਨਾਂ ਤੇ ਧੰਦੇ ਕਰ ਰਹੇ ਨੇ ਨਕਲੀ ਬਾਬੇ ਧਰਮ ਦੇ ਨਾਂ ਤੇ ਧੰਦੇ ਕਰ ਰਹੇ ਨੇ ਉਹਨਾਂ ਦੀ ਗੱਲ ਜਿਵੇਂ ਬਾਪੂ ਹਰਪਾਲ ਸਿੰਘ ਸ਼ਮਲਾ ਨੇ ਲਿਖੀ ਹੈ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਕਰੀਏ ਬਾਪੂ ਬਿਲਕੁਲ ਕਰੋ ਜੀ ਖੁੰਬਾਂ ਵਾਂਗੂ ਪੈਦਾ ਹੋ ਗਏ ਥਾਂ ਥਾਂ ਨਕਲੀ ਬਾਬੇ ਮਾਝੇ ਨਾਲੋਂ ਵੱਧ ਮਾਲਵੇ ਘਟਨੀ ਵਿੱਚ ਦੁਆਬੇ ਖੁੰਬਾਂ ਵਾਂਗੂ ਪੈਦਾ ਹੋ ਗਏ ਜੀ ਥਾਂ ਥਾਂ ਨਕਲੀ ਬਾਬੇ ਮਾਝੇ ਨਾਲੋਂ ਵੱਧ ਮਾਲਵੇ ਘਟਨੀ ਵਿੱਚ ਦੁਆਬੇ ਧਰਮ ਦਾ ਪਾਕ ਸਮੁੰਦਰ ਇਹਨਾਂ ਧਰਮ ਦਾ ਪਾਕ ਸਮੁੰਦਰ ਇਹਨਾਂ ਕਰਕੇ ਰੱਖਤਾ ਗੰਦਾ ਨਕਲੀ ਬਾਬਿਆਂ ਨੇ ਧਰਮ ਬਣਾ ਲਿਆ ਧੰਦਾ ਨਕਲੀ ਬਾਬਿਆਂ ਨੇ ਧਰਮ ਬਣਾ ਧੰਦਾ ਨਕਲੀ ਬਾਬਿਆਂ ਨੇ ਸੁਖਮ ਜਿਹਾ ਕੋਰੋਨਾ ਵਾਇਰਸ ਖੜ ਗਿਆ ਪੈਰ ਜਮਾ ਕੇ ਉਹ ਬਾਬੇ ਵੀ ਰਹਿ ਗਏ ਹੁਣ ਦਾ ਮੂੰਹ ਨੂੰ ਜਿੰਦਰੇ ਲਾ ਕੇ ਸੁਖਮ ਜਿਹਾ ਕੋਰੋਨਾ ਵਾਇਰਸ ਖੜ ਗਿਆ ਪੈਰ ਜਮਾ ਕੇ ਉਹ ਬਾਬੇ ਵੀ ਰਹਿ ਗਏ ਹੁਣ ਤਾਂ ਮੂੰਹ ਚ ਕੁੰਗਲੀਆਂ ਪਾ ਕੇ ਗੱਲੀ ਬਾਤੀ ਜੋ ਕੱਟਦੇ ਸੀ ਪਹਿਲਾਂ ਗੱਲੀ ਬਾਤੀ ਜੋ ਕੱਟਦੇ ਸੀ ਧਰਮ ਰਾਜ ਦਾ ਫੰਦਾ ਨਕਲੀ ਬਾਬਿਆਂ ਨੇ ਧਰਮ ਬਣਾ ਲਿਆ ਧੰਦਾ ਨਕਲੀ ਬਾਬਿਆਂ ਨੇ ਧਰਮ ਬਣਾ ਲਿਆ ਧੰਦਾ ਨਕਲੀ ਬਾਬਿਆਂ ਨੇ ਜਿਹੜੇ ਖਾਲੀ ਹੱਥੀ ਜਾ ਕੇ ਪੈਰਾਂ ਨੂੰ ਹੱਥ ਲਾਉਂਦੇ ਉਹਨਾਂ ਦੇ ਸਿਰ ਉੱਤੇ ਉਹ ਤਾਂ ਹੱਥ ਵੀ ਮਸਾਂ ਟਿਕਾਉਂਦੇ ਦੂਜੇ ਪਾਸੇ ਮੂੰਹ ਕਰ ਲੈਂਦੇ ਦੂਜੇ ਪਾਸੇ ਮੂੰਹ ਕਰ ਲੈਂਦੇ ਨਾਲੇ ਬੋਲਣ ਮੰਦਾ ਨਕਲੀ ਬਾਬਿਆਂ ਨੇ ਧਰਮ ਬਣਾ ਲਿਆ ਧੰਦਾ ਨਕਲੀ ਬਾਬਿਆਂ ਨੇ ਧਰਮ ਬਣਾ ਲਿਆ ਧੰਦਾ ਨਕਲੀ ਬਾਬਿਆਂ ਨੇ ਆਉਣ ਜਾਣ ਨੂੰ ਰੱਖੀਆਂ ਇਹਨਾਂ ਨੇ ਵੱਡੀਆਂ ਵੱਡੀਆਂ ਕਾਰਾਂ ਫਾਰਮ ਹਾਊਸ ਬਣਾ ਕੇ ਰੱਖੇ ਲੁੱਟਣ ਮੌਜ ਵਹਾਰਾ ਘੁੰਮਣ ਫਿਰਨ ਨੂੰ ਰੱਖੀਆਂ ਇਹਨਾਂ ਨੇ ਬਹੁਤ ਮਹਿੰਗੀਆਂ ਕਾਰਾਂ ਫਾਰਮ ਹਾਊਸ ਬਣਾ ਕੇ ਰੱਖੇ ਲੁੱਟਣ ਮੌਜ ਵਹਾਰਾ ਇਹ ਤਾਂ ਉੱਥੇ ਉਹ ਕੁਝ ਕਰਦੇ ਇਹ ਤਾਂ ਉੱਥੇ ਉਹ ਕੁਝ ਕਰਦੇ ਜੋ ਕਰਦਾ ਘਟੀਆ ਬੰਦਾ ਨਕਲੀ ਬਾਬਿਆਂ ਨੇ ਧਰਮ ਬਣਾ ਲਿਆ ਧੰਦਾ ਨਕਲੀ ਬਾਬਿਆਂ ਨੇ ਧਰਮ ਬਣਾ ਲਿਆ ਧੰਦਾ ਨਕਲੀ ਬਾਬਿਆਂ ਨੇ ਲੰਬੀ ਦੂਰੀ ਤੱਕ ਇਹਨਾਂ ਦੀ ਮਾਰ ਮਜ਼ੈਲਾਂ ਵਾਂਗੂ ਔਖੇ ਖੁੱਲਣ ਭੇਦ ਇਹਨਾਂ ਦੇ ਗੁਪਤੀ ਫੈਲਾਂ ਵਾਂਗੂ ਇਹ ਤਾਂ ਮਾਲਕ ਵੋਟ ਬੈਂਕ ਦੇ ਇਹ ਤਾਂ ਮਾਲਕ ਵੋਟ ਬੈਂਕ ਦੇ ਦੇਣ ਕਦੇ ਨਾ ਚੰਦਾ ਨਕਲੀ ਬਾਬਿਆਂ ਨੇ ਧਰਮ ਬਣਾ ਲਿਆ ਧੰਦਾ ਨਕਲੀ ਬਾਬਿਆਂ ਨੇ ਧਰਮ ਬਣਾ ਲਿਆ ਧੰਦਾ ਹੋ ਨਕਲੀ ਬਾਬਿਆਂ ਨੇ ਮੋਹ ਮਮਤਾ ਦੀ ਮਾਇਆ ਅੰਦਰ ਖੁਦ ਹੀ ਧਸਿਆ ਜਿਹੜਾ ਹਮਲੇ ਵਾਲਾ ਕਿਵੇਂ ਲਗਾ ਦੂ ਪਾਰ ਕਿਸੇ ਦਾ ਵੇੜਾ ਮੋਹ ਮਾਇਆ ਦੇ ਚੱਕਰਾਂ ਅੰਦਰ ਖੁਦ ਹੀ ਫਸਿਆ ਜਿਹੜਾ ਹਮਲੇ ਵਾਲਾ ਕਿਵੇਂ ਲਗਾ ਦੂ ਪਾਰ ਕਿਸੇ ਦਾ ਵੇੜਾ ਫਿਰ ਵੀ ਇਹਨਾਂ ਪਿੱਛੇ ਕਾਤੋਂ ਫਿਰ ਵੀ ਇਹਨਾਂ ਪਿੱਛੇ ਲੱਗਿਆ ਫਿਰਦਾ ਜਗਤ ਚਲੰਦਾ ਨਕਲੀ ਬਾਬਿਆਂ ਨੇ ਧਰਮ ਬਣਾ ਲਿਆ ਧੰਦਾ ਨਕਲੀ ਬਾਬਿਆਂ ਨੇ ਹੋ ਧਰਮ ਬਣਾ ਲਿਆ ਧੰਦਾ ਨਕਲੀ ਬਾਬਿਆਂ ਨੇ ਭਰਾਵੋ ਜਿਵੇਂ ਕੋਰੋਨਾ ਵਾਇਰਸ ਸਮਾਜ ਦੇ ਵਿਚ ਫੈਲਿਆ ਹੋਇਆ ਸਾਰੀ ਦੁਨੀਆਂ ਉਹਦਾ ਇਲਾਜ ਲੱਭਣ ਤੇ ਲੱਗੀ ਹੋਈ ਹੈ ਉਹਨਾਂ ਦਾ ਲੱਭ ਵੀ ਜਾਊਗਾ ਤੇ ਆਪਾਂ ਨੂੰ ਸਾਰਿਆਂ ਨੂੰ ਚਾਹੀਦਾ ਵੀ ਜਿਹੜੇ ਇਹ ਨਕਲੀ ਬੂਬਨੇ ਨੇ ਧਰਮ ਨੂੰ ਖਾ ਰਹੇ ਨੇ ਘੁਣ ਵਾਂਗ ਇਹਨਾਂ ਦਾ ਇਲਾਜ ਲੱਭਣ ਤੇ ਲੱਗੀ ਇਹ ਕੋਰੋਨਾ ਵਾਇਰਸ ਨਾਲੋਂ ਵੀ ਜ਼ਿਆਦਾ ਘਾਤਕ ਨੇ ਧੰਨਵਾਦ